ਬਾਪੂ ਜੀ ਰੋਟੀ ਬਣਾ ਦਿੱਤੀ ਹੈ, ਟਾਈਮ ਸਿਰ ਖਾ ਲਿਓ। ਕੋਈ ਗੱਲ ਨੀ, ਪੁੱਤ ਧਿਆਨ ਨਾ ਜਾਇਓ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਬੇਟਾ। ਆਓ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਹਾਂਜੀ ਸਰ, ਵਧੀਆ ਸਰ। ਸਰ ਕੀ ਹੈ ਕੰਮ ਸਾਡਾ ਅੱਜ? ਅੱਜ ਦਾ ਤੁਹਾਡਾ ਸ਼ੈਡਿਊਲ ਹੈ ਕਿ ਤੁਸੀਂ ਪਿੰਡਾਂ ਦਾ ਸਰਵੇ ਕਰਨਾ। ਇਹਨਾਂ ਵਿੱਚ ਪਿੰਡ 'ਚ ਇਹ ਪਤਾ ਕਰਨਾ ਕਿ ਕਿੰਨੇ ਅਪਾਹਜ ਰਹਿੰਦੇ ਨੇ, ਕਿੰਨੇ ਲੋਕ ਮੈਂਟਲੀ ਅਪਸੈਟ ਰਹਿੰਦੇ ਨੇ, ਕਿੰਨੇ ਵੀ ਪਰਸੈਂਟ ਨੇ। ਇਹਦਾ ਡਿਟੇਲ ਨਾਲ ਸਰਵਾ ਕਰਕੇ ਲਿਆਉਣਾ। ਇਹ ਤੁਸੀਂ ਲਿਸਟ ਲਿਆਉਣੀ ਹੈ ਬਣਾ ਕੇ। ਆਹ ਲਓ ਜੀ ਆਪਣਾ ਰਜਿਸਟਰ। ਠੀਕ ਹੈ ਸਰ ਜੀ। ਬੇਟਾ ਸਰਪੰਚ ਸਾਹਿਬ ਦਾ ਘਰ ਕਿੱਥੇ ਆ? ਆ ਮੋੜ ਕੇ ਨਾਲ ਹੀ ਆ। ਓਕੇ ਬੇਟਾ ਜੀ। ਸਰਪੰਚ ਬੋਲ ਰਿਹਾ। ਹਾਂਜੀ। ਉਹ ਯਾਰ ਨਿਬੇੜ ਲਿਆ ਕਰੋ ਥੋੜਾ ਬਹੁਤਾ। ਕਿਉਂ ਕਿਉਂ ਨਿੱਕੀ ਨਿੱਕੀ ਗੱਲ ਤੇ ਪੰਚਾਇਤ ਨੂੰ ਨਾ ਸੱਦਿਆ ਕਰੋ ਤੁਸੀਂ ਘਰ ਦੇ। ਨਿੱਕੇ ਨਿੱਕੇ ਕੰਮ ਘਰੇ ਨਿਬੇੜ ਲਿਆ ਕਰੋ। ਹਾਂਜੀ ਹਾਂਜੀ, ਮੈਂ ਕਰਦਾ ਗੱਲ ਜੀ। ਆਓ ਜੀ ਬੈਠੋ। ਹੋਰ ਠੀਕ ਠਾਕ ਬੇਟਾ? ਹਾਂਜੀ ਸਰ, ਵਧੀਆ ਸਰ। ਕੀ ਹੁਕਮ ਹੈ ਜੀ? ਸਰ ਅਸੀਂ ਸਰਕਾਰੀ ਡਿਪੈਂਸਰੀ ਤੋਂ ਆਏ ਸੀ। ਕੋਈ ਵੀ ਮੈਂਟਲੀ ਅਪਸੈਟ ਹੈ ਤੇ ਸਾਨੂੰ ਦੱਸ ਸਕਦੇ ਹੋ ਤੁਸੀਂ? ਹਾਂਜੀ ਹਾਂਜੀ, ਮੈਂਟਲੀ ਅਪਸੈਟ ਸਾਡੇ ਪਿੰਡ 'ਚ ਤਾਂ ਹੈ ਨਹੀਂ ਆ, ਪਰ ਕੁਝ ਦਿਨਾਂ ਦਾ ਇੱਥੇ ਇੱਕ ਗਲੀਆਂ 'ਚ ਤੁਰਦਾ ਫਿਰਦਾ ਕਰ ਕਾਫੀ ਨਜ਼ਰ ਆ ਰਿਹਾ ਹੈ। ਉਹ ਬੋਲ ਨਹੀਂ ਰਿਹਾ, ਦੱਸ ਨਹੀਂ ਰਿਹਾ ਕੁਝ ਵੀ, ਪਰ ਉਹ ਨਾ ਜ਼ਿਆਦਾਤਰ ਸ਼ਮਸ਼ਾਨ ਘਾਟ 'ਚ ਹੈਗਾ। ਜੇ ਤੁਸੀਂ ਦੇਖਣਾ ਚਾਹੋ ਤੇ। ਹਾਂਜੀ ਸਰ, ਸਾਡੀ ਮੁਲਾਕਾਤ ਕਰਵਾ ਸਕਦੇ? ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਆਪਾਂ ਜੇ ਕਹਿੰਦੇ ਚੱਲੀਏ। ਤੁਸੀਂ ਕਰੋ ਸਰਵਾ ਤੇ ਮੈਨੂੰ ਥੋੜੀ ਜਲਦੀ ਹੈ ਤੇ ਜਾਂਦੇ ਜਾਂਦੇ ਚਾਹ ਪਾਣੀ ਪੀ ਕੇ ਜਾਏ।
ਕੀ ਹੋਇਆ ਦੀਦੀ, ਬੋਲੋ ਕੁਛ। ਗਲਤੀ ਹੋ ਗਈ ਮੇਰੇ। ਕੀ ਗਲਤੀ ਹੋਈ ਦੱਸੋ ਮੈਨੂੰ। ਬਹੁਤ ਵੱਡੀ ਗਲਤੀ ਹੋਈ। ਦੱਸੋ ਮੈਨੂੰ ਕੀ ਹੋਇਆ ਤੁਹਾਨੂੰ। ਇਹ ਤਾਂ ਉਹ ਹੀ ਮੁੰਡਾ ਜਿਹੜੇ ਮੇਰੀ ਸਮਝ 'ਚ ਸਾਹ ਲੈਂਦਾ ਸੀ। ਇਹ ਤਾਂ ਮੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿੰਦਾ ਸੀ। ਮੇਰੀ ਇੱਕ ਕਹਿਣ 'ਤੇ ਭੱਜਿਆ ਆਉਂਦਾ ਸੀ। ਪਰ ਇਹਦੀ ਇੱਕ ਮਾੜੀ ਆਦਤ ਸੀ ਨਸ਼ਾ ਕਰਨ ਦੀ, ਜਿਸ ਕਰਕੇ ਇਹਨੂੰ ਬਹੁਤ ਸਮਝਾਉਂਦੀ ਸੀ। ਕਈ ਵਾਰ ਇਹਨੂੰ ਸਮਝਾਇਆ, ਇੱਥੋਂ ਤੱਕ ਇਹਨੂੰ ਮੈਂ ਆਪਣੇ ਸਿਰ ਦੀ ਕਸਮ ਵੀ ਪਵਾਈ, ਪਰ ਮੇਰੀ ਕਸਮ ਖਾਣ ਤੋਂ ਬਾਅਦ ਵੀ ਇਹ ਨਹੀਂ ਹਟਿਆ। ਨਸ਼ੇ ਦੀ ਆਦਤ 'ਚ ਇਹ ਮੇਰੀ ਕਸਮ ਵੀ ਭੁੱਲ ਗਿਆ। ਕਸਮ ਖਾਣ ਤੋਂ ਬਾਅਦ ਅਸੀਂ ਘਰ ਆ ਗਏ। ਮੈਨੂੰ ਫਿਰ ਕਿਸੇ ਨੇ ਦੱਸਿਆ ਜੁਗਨੂੰ ਅੱਜ ਫਿਰ ਨਸ਼ਾ ਕਰਦਾ। Thank you.
ਦੀ ਦਾਜੀ ਆ ਨਸ਼ੇ ਕਰਨ ਲੱਗ ਪਏ। ਉਹ ਕਿੱਥੇ ਕੀਤਾ ਨਸ਼ਾ, ਤੈਨੂੰ ਭੁਲੇਖਾ ਪੈ ਗਿਆ, ਤੇਰੀ ਸੌਂ ਖਾ ਕੇ ਮੈਂ ਇਹ ਕੰਮ ਕਰ ਸਕਦਾ? ਇਹਨੂੰ ਭੁਲੇਖਾ ਪਵਾ ਲੈ, ਆ ਕੀ ਪਿਆ ਵਾ ਭੁਲੇਖਾ ਪਿਆ, ਆ ਕੀ ਪਿਆ ਭੁਲੇਖਾ ਵਾ। ਓਏ ਯਾਰ, ਦੋਸਤ ਮੁੰਡੇ ਆਏ ਸੀਗੇ, ਉਹ ਲਾ ਕੇ ਚਲੇ ਗਏ। ਮੈਂ ਤੁਹਾਨੂੰ ਇਹਦੀ ਅੱਖੀ ਦੇਖ ਲਿਆ, ਅੱਜ ਤੋਂ ਬਾਅਦ ਨਾ ਮੈਂ ਤੇਰੀ ਸ਼ਕਲ ਵੇਖਣੀ ਨਾ ਤੂੰ ਮੇਰੀ ਵੇਖੀ ਸ਼ਕਲ, ਮੈਂ ਆਪਣਾ ਰਿਸ਼ਤਾ ਖਤਮ। ਉਹ ਗੱਲ ਸੁਣ, ਉਹ ਸਿੰਮੀ ਗੱਲ ਤਾਂ ਸੁਣ ਯਾਰ, ਉਹ ਗੱਲ ਤਾਂ ਸੁਣ ਲੈ ਮੇਰੀ। ਤੂੰ ਤਾਂ ਮੇਰੇ ਬਾਰੇ ਜਰਾ ਨਹੀਂ ਸੋਚਿਆ, ਤੂੰ ਤਾਂ ਮੇਰੇ ਬਾਰੇ ਕੁਛ ਨਹੀਂ ਸੋਚਿਆ। ਇਹ ਝੱਲੇ ਨੇ ਮੇਰੀ ਇੱਕ ਨਹੀਂ ਮੰਨਣੀ, ਨਾਲੇ ਇਹਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ, ਨਾਲੇ ਮੇਰੀ ਜ਼ਿੰਦਗੀ ਬਰਬਾਦ ਕੀਤੀ। ਇਹਦੇ ਪਿੱਛੇ ਮੈਂ ਹਜੇ ਤੱਕ ਨਹੀਂ ਵਿਆਹ ਕਰਾਇਆ।